ਕੋਈ ਵੀ ਅਜੇ ਤੱਕ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਕੋਈ ਨਹੀਂ ਆਇਆ, ਅਤੇ ਨਾ ਕਿਸੇ ਨੂੰ, ਸਾਨੂੰ ਇਹ ਲੱਗਦਾ ਵੀ ਸਾਨੂੰ ਇਹਨਾਂ ਨੂੰ ਜ਼ਿਲ੍ਹੇ ਵਾਲਿਆਂ ਨੂੰ ਸਾਡਾ ਕੋਈ ਦੁਖੀ ਹੈ ਜਿਹਦੇ ਕਰਕੇ ਉਹ ਅਜੇ ਤੱਕ ਆਏ ਨਹੀਂ। ਗੰਨਾ ਕਾਸ਼ਤਕਾਰਾਂ ਤੋਂ ਗੰਨੇ ਦੀ ਬਕਾਇਆ ਰਕਮ ਲੈਣ ਲਈ ਪਿਛਲੇ 3 ਦਿਨਾਂ ਤੋਂ ਗੁਰਦਾਸਪੁਰ ਦੀ ਸ਼ੂਗਰ ਮਿਲ ਮਨਿਆਦ ਦੇ ਸਾਹਮਣੇ ਧਰਨਾ ਦਿੱਤਾ ਜਾ ਰਿਹਾ। ਇਹ ਹੜਤਾਲ ਦਿਨ ਰਾਤ ਕੀਤੀ ਜਾ ਰਹੀ ਹੈ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸਾਨੂੰ ਪਿਛਲੇ 3 ਸਾਲਾਂ ਤੋਂ ਗੰਨੇ ਦੀ ਫਸਲ ਦੀ ਬਕਾਇਆ ਰਕਮ ਨਹੀਂ ਮਿਲ ਰਹੀ, ਜਿਸ ਕਾਰਨ ਅਸੀਂ ਪਿਛਲੇ 3 ਦਿਨਾਂ ਤੋਂ ਦਿਨ ਰਾਤ ਇੱਥੇ ਬੈਠ ਕੇ ਧਰਨਾ ਦੇ ਰਹੇ ਹਾਂ, ਪਰ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਸਾਡੇ ਕੋਲ ਇਸਦੀ ਸਾਰ ਲੈਣ ਨਹੀਂ ਆਇਆ। ਇਸ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਰੇ ਗੰਨੇ ਦਾ ਬਕਾਇਆ ਜਲਦ ਤੋਂ ਜਲਦ ਦਿੱਤਾ ਜਾਵੇ, ਨਹੀਂ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ। ਇਹ ਪਨਿਆੜ ਮਿੱਲ ਗੁਰਦਾਸਪੁਰ ਜ਼ਿਲ੍ਹੇ ਦੀ ਇਹ ਮੇਨ 4 ਲਾਈਨ ਜਿਹੜੀ ਹੈ, ਇਹਦੇ ਉੱਤੇ ਆਹ ਗੇਟ ਛੱਡ ਕੇ ਲੋਕਤੰਤਰ ਤਰੀਕੇ ਦੇ ਨਾਲ ਅਸੀਂ ਆ ਪਨਿਆੜ ਮਿੱਲ ਦੇ ਅੱਗੇ ਜਿਹੜਾ ਉਹ ਕਿਸਾਨਾਂ ਦੇ, ਪੂਰੇ ਪੰਜਾਬ ਦੇ ਕਿਸਾਨਾਂ ਦੇ ਗੰਨੇ ਦੇ ਬਕਾਏ ਨੂੰ ਲੈ ਕੇ, ਅਤੇ ਇਸ ਇਲਾਕੇ ਦੀ ਇੱਕ ਬੜੀ ਵੱਡੀ ਸਮੱਸਿਆ ਕਿ ਇੱਥੋਂ ਦਾ ਜਿਹੜਾ ਗੰਨਾ ਸਭ ਤੋਂ ਵੱਧ ਪੰਜਾਬ ਦੇ ਵਿੱਚੋਂ ਜ਼ਿਲ੍ਹਾ ਗੁਰਦਾਸਪੁਰ 'ਚ ਗੰਨਾ ਪੈਦਾ ਹੁੰਦਾ ਹੈ, ਔਰ ਇੱਥੋਂ ਦੀ ਜਿਹੜੀ ਸਮਰੱਥਾ ਮਿੱਲਾਂ ਦੀ ਗੰਨਾ ਪੀੜਨ ਦੀ ਉਹ 20% ਵੀ ਨਹੀਂ ਗਈ, ਜਿਸ ਕਰਕੇ ਇੱਥੋਂ ਦੇ ਜਿਹੜੇ ਕਿਸਾਨ ਨੇ ਉਹ ਜਿਸ ਤਰ੍ਹਾਂ ਅਜਨਾਲਾ, ਰਾਣਾ ਮਿੱਲ, ਦਸੂਆ, ਮਕੇਰੀਆਂ, ਕੀੜੀ, ਇੱਥੋਂ ਤੱਕ ਕਿ ਪਿਛਲੇ ਸਾਲ ਫਾਜ਼ਿਲਕਾ ਵੀ ਜਿਹੜਾ ਉਹ ਇੱਥੋਂ ਦਾ ਗੰਨਾ ਗਿਆ। ਸੋ ਮਿੱਲਾਂ ਦੀ ਸਮਰੱਥਾ ਵਧਾਉਣ ਵਾਸਤੇ, ਗੰਨੇ ਦਾ ਬਕਾਇਆ ਲੈਣ ਵਾਸਤੇ ਇਸ ਮਿੱਲ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ 2 ਸਾਲਾਂ ਦੇ ਵਿੱਚ ਹੋਏ ਸਕੈਂਡਲ ਦੇ ਸੰਬੰਧ ਵਿੱਚ ਜਿਹੜਾ ਇਹ ਅਸੀਂ ਜਿਹੜਾ ਇਹ ਧਰਨਾ ਜਿਹੜਾ ਲਾਇਆ। ਇਹ ਧਰਨੇ ਦਾ ਮਕਸਦ ਇਹੀ ਹੈ ਕਿ ਸਾਡੇ ਕਿਸਾਨਾਂ ਦੇ ਜੋ ਵੇਚਿਆ ਹੋਇਆ ਗੰਨਾ ਮਿੱਲਾਂ ਨੂੰ, ਸਹਿਕਾਰੀ ਅਤੇ ਪ੍ਰਾਈਵੇਟ ਮਿੱਲਾਂ ਵੱਲ ਜੋ ਵੇਚਿਆ ਹੈਗਾ ਕਿਸਾਨਾਂ ਵੱਲੋਂ ਗੰਨਾ, ਉਹਦਾ 18-19 ਅਤੇ 19-20 ਦਾ ਜਿਹੜਾ ਬਕਾਇਆ ਆ ਉਹ ਅਜੇ ਤੱਕ ਨਹੀਂ ਮਿਲ ਰਿਹਾ। ਉਹਦੇ ਕਰਕੇ ਅੱਜ ਕਿਸਾਨ ਜਿਹੜੇ ਆ ਉਹ ਦੁਖੀ ਹੋ ਕੇ ਇਸ ਧਰਨੇ 'ਤੇ ਬੈਠੇ ਨੇ। ਕਿੰਨੇ ਦਿਨ ਹੋ ਗਿਆ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਨੇਤਾ ਮੇਤਾ ਆਇਆ ਕੋਈ? ਅੱਜ 3 ਦਿਨ ਹੋ ਗਏ ਆ ਜਿਹਦੇ 'ਤੇ ਕੋਈ ਵੀ ਅਜੇ ਤੱਕ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਕੋਈ ਨਹੀਂ ਆਇਆ, ਅਤੇ ਨਾ ਕਿਸੇ ਨੂੰ, ਸਾਨੂੰ ਇਹ ਲੱਗਦਾ ਵੀ ਸਾਨੂੰ ਇਹਨਾਂ ਨੂੰ, ਜ਼ਿਲ੍ਹੇ ਵਾਲਿਆਂ ਨੂੰ ਸਾਡਾ ਕੋਈ ਦੁਖੀ ਹੈ ਜਿਹਦੇ ਕਰਕੇ ਉਹ ਅਜੇ ਤੱਕ ਆਏ ਨਹੀਂ। ਜੇ ਕਿਤੇ ਉਹਨਾਂ ਨੂੰ ਇਹ ਹੁੰਦਾ ਵੀ ਕਿਸਾਨ ਦਾ ਕਿਸੇ ਨੂੰ ਦੁੱਖ ਆ ਅਤੇ ਉਹ ਆ ਜਾਂਦੇ, ਅਜੇ ਤੱਕ ਕੋਈ ਨਹੀਂ ਸਾਡੇ ਕੋਲ।